ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋਈ ਚੜਦੀ ਕਲਾ ਦੇ ਵਿੱਚ ਤੇ ਚਲਦੇ ਆਂ ਜੀ ਅੱਜ ਦੀਆਂ ਅਪਡੇਟ ਦੇ ਵੱਲ ਥੋੜਾ ਜਿਹਾ ਕੰਮਾਂ ਕਰਾਂ ਕਰਕੇ ਬਿਜ਼ੀ ਹੋਣ ਦੇ ਕਰਕੇ ਥੋੜੀ ਜੀ ਅਪਡੇਟ ਆਈ ਆਪਣੀ ਲੇਟ ਹੋ ਗਈ ਸੋਚਿਆ ਕਿ ਚਲੋ ਸ਼ਾਮ ਦੇ ਟਾਈਮ ਹੁਣ ਵੀਡੀਓ ਇਹ ਜਿਹੜੀ ਅਪਲੋਡ ਕਰ ਦਿੰਦੇ ਆਂ ਬਸ ਕੰਮ ਤੋਂ ਆਇਓ ਸੀਗੇ ਤੇ ਇਮੀਗ੍ਰੇਸ਼ਨ ਤੇ ਕਾਫੀ ਜ਼ਿਆਦਾ ਜਿਹੜੇ ਵੀਰਾਂ ਦੇ ਮੈਸੇਜ ਆਉਂਦੇ ਸੀਗੇ ਵੀ ਇਮੀਗ੍ਰੇਸ਼ਨ ਦੀ ਅਪਡੇਟ ਦੋ ਤੁਸੀਂ ਹੋਰ ਚੈਨਲ ਆ ਜਿਹੜੇ ਆਪਣੇ ਉਹਨਾਂ ਤੋਂ ਸੁਣ ਵੀ ਲਿਆਈ ਕਿਉਂਕਿ ਉਹਨਾਂ ਦੇ ਟਾਈਮ ਦੇ ਨਾਲ ਪਾ ਦਿੱਤੀ ਦੀ ਵੀਡੀਓ ਆਪਾਂ ਜਿਹੜੇ ਕੰਮਕਾਰ ਕਰਕੇ ਹੀ ਕੰਮਕਾਰ ਵੀ ਜ਼ਰੂਰੀ ਆ ਇੱਥੇ ਤੇ ਉਹਦੇ ਕਰਕੇ ਲੇਟ ਹੋ ਗਏ ਥੋੜਾ ਜਿਹਾ ਤੇ ਮੋਟੀ ਮੋਟੀ ਅਪਡੇਟ ਆ ਜਿਹੜੀ ਉਹ ਆਪਾਂ ਹੀ ਥੋੜੇ ਤੱਕ ਹੁਣ ਫੇਰ ਮੁੜ ਕੇ ਆਪਾਂ ਰਿਪੀਟ ਕਰ ਦਿੰਦੇ ਆ ਤੇ ਸਭ ਤੋਂ ਪਹਿਲਾਂ ਜੀ ਖੇਤੀਬਾੜੀ ਤੇ ਜਿਹੜੇ ਵੀਰ ਆਉਂਦੇ ਆ ਆਪਣੇ ਤਾਂ ਇਹ ਹੁਣ ਤੁਹਾਨੂੰ ਦੱਸ ਦਿੰਦਾ ਜੀ 22000 ਕੋਟਾ ਜਿਹੜਾ ਉਹ ਖੇਤੀਬਾੜੀ ਤੇ ਜਿਹੜੇ ਹੁਣ ਸੱਦਣੇ ਇਹਨਾਂ ਨੇ ਉਹ 22000 ਕੋਟਾ ਹੈ ਤੇ ਇਸ ਜਿਹੜੀ ਇਹ ਅਪਡੇਟ ਆਈ ਇਹ ਕੱਲ ਆਈ ਸੀਗੀ 26 ਤੇ ਇਹ ਜਿਵੇਂ ਅੱਜ ਜਿਹੜੀ ਇੱਕ 24 ਘੰਟਿਆਂ ਦੇ ਬਾਅਦ ਜਿਹੜੀ ਵੈਲਿਡ ਮੰਨੀ ਜਾਂਦੀ ਹੁੰਦੀ ਹੈ ਗਜ਼ੈਤੇ ਦੇ ਵਿੱਚ ਆਉਣ ਤੋਂ ਬਾਅਦ ਤੇ ਜਿਹੜਾ ਕਲਿਕ ਡੇ ਆ ਜਿੱਦਣ ਤੁਸੀਂ ਆਪਣੇ ਏਜੰਟਾਂ ਨੂੰ ਕਿਉਂਕਿ ਆਪਣੇ ਜਿਹੜੇ ਜ਼ਿਆਦਾਤਰ ਵੀਰਾਂ ਆਂ ਆਪ ਬਹੁਤ ਮੁਸ਼ਕਲ ਆ ਈ ਇਦਾਂ ਦੇ ਸਟੈਪ ਕਰਨੇ ਵੀ ਆਪ ਤੁਸੀਂ ਪੇਪਰ ਭਰਨੇ ਮਾਲਕ ਲੱਭਣੇ ਥੋੜਾ ਜਿਹਾ ਔਖਾ ਤੇ ਜ਼ਿਆਦਾਤਰ ਆਪਣੇ ਭਰਾਏ ਜਿਹੜੇ ਉਹ ਏਜੰਟਾਂ ਤੋਂ ਹੀ ਕੰਮ ਕਰਾਉਂਦੇ ਆਂ ਕੋਸ਼ਿਸ਼ ਕਰਿਓ ਜੀ ਪਹਿਲਾਂ ਥੋੜਾ ਜਿਹਾ ਆਪਣਾ ਹਿਸਾਬ ਦੇ ਨਾਲ ਹੀ ਜਿਹੜਾ ਆਪਣਾ ਪੈਸਾ ਦੇਓ ਤੇ ਪੇਪਰ ਨਿਕਲਣੇ ਤੋਂ ਬਾਅਦ ਨੂਲਾ ਉਸ ਤੋਂ ਨਿਕਲਣੇ ਤੋਂ ਬਾਅਦ ਜਿਹੜਾ ਕਿ ਤੁਸੀਂ ਆਪਣਾ ਬਾਕੀ ਜਿਹੜਾ ਪੈਸੇ ਰਹਿੰਦੇ ਹੋਣਗੇ ਉਹ ਦੇਓ ਵੀ ਪਹਿਲਾਂ ਇੰਨੇ ਬਾਲੇ ਪੈਸੇ ਦੇਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਫਰੌਡ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਇਟਲੀ ਵਾਲੇ ਪੇਪਰਾਂ ਤੇ ਤੇ ਇਹ ਜਿਵੇਂ ਕੱਲ ਜਿਵੇਂ ਆਪਣੇ ਭਾਈ ਅਪਡੇਟ ਆਈ ਆ ਤਾਂ ਅੱਜ ਦੇ ਸਾਬ ਨਾਲ ਆਪਾਂ ਦੇਖੀਏ 27 ਤਰੀਕ ਜਿਹੜੀ ਕਿ ਕਲਿੱਕ ਡੇ ਦਾ ਬਣਦਾ ਹੈ 60 ਦਿਨ ਤੋਂ ਬਾਅਦ ਜਿਵੇਂ ਗਜ਼ੇਤੇ ਦੇ ਵਿੱਚ ਆਉਣ ਤੋਂ ਬਾਅਦ ਤਾਂ 60ਵੇਂ ਦਿਨ ਜਿਹੜਾ ਕਿ ਕਲਿੱਕ ਡੇ ਆ ਸਵੇਰੇ 9 ਵਜੇ ਤੋਂ ਜਿਹੜਾ ਇਹ ਕਲਿੱਕ ਜਿਵੇਂ ਤੁਸੀਂ ਆਪਣੀਆਂ ਫਾਈਲਾਂ ਇਹੋ ਭਰ ਸਕਦੇ ਆ ਵੀ ਆਨਲਾਈਨ ਜਿਹੜੀਆਂ ਨੈਟ ਤੇ ਭਰਨੀ ਆਪਾਂ ਨੇ ਤੇ ਆਪਣੇ ਏਜੰਟਾਂ ਨੂੰ ਕਹਿ ਦਿਓ ਵੀ ਆਪਣੇ ਪੇਪਰ ਪੁੱਪਰ ਸਾਰੇ ਤਿਆਰ ਰੱਖੋ ਤੇ ਇਸ ਤੋਂ ਬਾਅਦ ਹੀ ਜਿਹੜਾ 2000 ਬੰਦਾ ਹੀ ਉਹ ਸਟੱਡੀ ਦੇ ਬੇਸ ਤੇ ਜਿਵੇਂ 2000 ਜਿਹੜੇ ਬੱਚੇ ਆ ਹੀ ਉਹ ਸਟੱਡੀ ਦੇ ਬੇਸ ਤੇ ਆ ਸਕਦੇ ਆ ਤੇ ਆ ਕੇ ਉਹ ਆਪਣਾ ਇੱਥੇ ਆਪਣਾ ਜਿਵੇਂ ਪ੍ਰਤੀਤਾ ਈਵਾ ਖੋਲ ਸਕਦੇ ਆ ਆਪਣਾ ਕੰਮ ਕਰ ਵੀ ਖੋਲ ਸਕਦੇ ਜਿਹੜੇ ਸਟੱਡੀ ਦੇ ਬੇਸ ਤੇ ਆਉਣਗੇ ਤੇ ਇਹਦੇ ਨਾਲ ਹੀ ਆਪਾਂ ਦੇਖੀਏ ਤਾਂ 4400 ਬੰਦਾ ਉਹ ਆ ਜਿਹੜੇ ਕਿ 9ਵੇਂ ਨਿਆਲੇ ਪੇਪਰਾਂ ਤੇ ਤੁਸੀਂ ਹੁਣ ਪਹਿਲੀ ਵਾਰੀ ਆਏ ਸੀਗੇ ਤਾਂ 4400 ਬੰਦਾ ਉਹ ਆ ਕਿ ਜਿਹੜੇ ਹੁਣ ਤੁਸੀਂ ਪੇਪਰ ਲੈ ਸਕਦੇ ਆ ਜਿਹੜੇ ਬੰਦੇ ਉਰੇ ਆਏ ਹੋਈ ਇਟਲੀ ਦੇ ਵਿੱਚ ਉਹ ਆਪਣੇ ਜਿਹੜੇ ਪੇਪਰ ਆਈ ਚੇਂਜ ਜਿਵੇਂ ਕਰਵਾ ਸਕਦੇ ਆ ਤੁਸੀਂ ਉਹਨਾਂ ਨੂੰ 4400 ਬੰਦੇ ਦਾ ਇਹ ਵਾਲਾ ਕੋਟਾ ਤੇ ਇਹਦੇ ਨਾਲ ਹੀ 200 ਬੰਦਾ ਉਹ ਜਿਵੇਂ ਤੁਸੀਂ ਯੂਰਪ ਦੇ ਵਿੱਚ ਜਿਹੜੀਆਂ ਲਾਗਪਾਸ ਕੰਟਰੀਆਂ ਆ ਆਪਣਾ ਫਰਾਂਸ ਹੋਇਆ ਆਪਣਾ ਫਰਾਂਸ ਜਰਮਨ ਜਾ ਆਪਣਾ ਜਿਹੜੀਆਂ ਯੂਰਪ ਦੀਆਂ ਸਾਰੀਆਂ ਜਿਵੇਂ 24 25 ਕੰਟਰੀਆਂ ਜਾਂ ਇਹਨਾਂ ਦੇ ਵਿੱਚ ਜੇ ਤੁਸੀਂ ਰਹਿੰਦੇ ਆਈ ਥੋਡੇ ਪਾ ਉੱਥੇ ਦਾ ਜਿਵੇਂ ਪਰਮੈਸੋ ਦੀ ਕਾਰਤਾ ਸਜੋਰ ਨੂੰ ਹੈਗੀ ਆ ਤਾਂ 200 ਬੰਦਾ ਉਹ ਜਿਵੇਂ ਆਪਣੀਆਂ ਸਜੋਰ ਨਮਾਈ ਉਹ ਚੇਂਜ ਕਰਵਾ ਸਕਦਾ ਤੇ 30 ਬੰਦੇ ਉਹ ਆ ਵੀ ਜਿਹੜੇ ਤੁਸੀਂ ਬਿਜ਼ਨਸ ਬਿਜ਼ਨਸ ਦੇ ਬੇਸ ਤੇ ਵੀ ਆਪਣੀਆਂ ਜੜੀਆਂ ਪੇਪਰ ਉਹ ਇਟਲੀ ਦੇ ਚੇਂਜ ਕਰਵਾ ਸਕਦੇ ਆ ਤੇ ਨਾਲ ਜਿਵੇਂ ਜੇ ਆਪਾਂ ਨੇ ਜੇ ਤੁਸੀਂ bizness ਵਗੈਰਾ ਕਰਨਾ ਹੈ ਤਾਂ bizness ਵੀ ਤੁਸੀਂ ਕਰ ਸਕਦੇ ਆਂ ਇਟਲੀ ਦੇ ਵਿੱਚ 5 ਲੱਖ ਜਿਹੜਾ ਕਿ ਤੁਹਾਡੇ ਕੋਲ ਐਰੋ ਹੋਣਾ ਚਾਹੀਦਾ ਜੀ bizness ਤੇ ਬੇਸ ਤੇ ਵੀ ਤੁਸੀਂ ਆਪਣੇ ਜਿਹੜੇ ਪੇਪਰਾਂ ਹੀ ਇਟਲੀ ਦੇ ਉਹ ਲੈ ਸਕਦੇ ਆਂ ਜੇ ਜੇ ਨਾਲ ਤੁਸੀਂ ਤਿੰਨ ਬੰਦਿਆਂ ਨੂੰ ਕੰਮ ਦੇ ਰਹੇ ਆਂ ਜੀ ਤਾਂ ਤੁਹਾਨੂੰ ਆਪਣਾ bizness ਕਰ ਰਹੇ ਆਂ ਤਿੰਨ ਬੰਦਿਆਂ ਨੂੰ ਕੰਮ ਦੇ ਰਹੇ ਆਂ ਤੇ ਨਾਲ ਫਿਰ ਜਿਹੜਾ ਤੁਹਾਨੂੰ ਇਥੋਂ ਦੇ ਜਿਹੜੇ ਪੇਪਰਾਂ ਹੀ ਉਹ ਮਿਲ ਸਕਦੇ ਆਂ ਪਰ 5 ਲੱਖ ਐਰ.ਆਈ ਜਿਹੜਾ ਉਹ ਤੁਹਾਡੇ ਕੋਲ ਘੱਟ ਤੋਂ ਘੱਟ ਹੋਣਾ ਚਾਹੀਦਾ ਵੀ ਬਿਜ਼ਨਸ ਖੋਲਣ ਦੇ ਲਈ ਜ਼ਿਆਦਾਤਰ ਇਹਦੇ ਵਿੱਚੋਂ ਮੇਨ ਖੇਤੀਬਾੜੀ ਵਾਲੇ ਪੇਪਰਾਂ ਤੇ ਜਿਹੜੇ ਵੀਰਾਂ ਨੇ ਆਉਣਾ ਵੀ ਉਹ ਕੋਟਾ ਜ਼ਿਆਦਾਤਰ ਮੇਨ ਆਈ 22000 ਜਿਹੜਾ ਬੰਦਾ ਉਹ ਖੇਤੀਬਾੜੀ ਦੇ ਕੋਟੇ ਦੇ ਵਿੱਚ ਆਉਂਦਾ ਇਹਦੇ ਵਿੱਚ ਤੇ ਇੱਕ ਵਾਰੀ ਤੁਹਾਨੂੰ ਫੇਰ ਜਿਹੜਾ ਰਿਪੀਟ ਕਰ ਦਿੰਦੇ ਆ ਜੀ ਜਿਹੜਾ ਕਲਿੱਕ ਡੇ ਆਈ ਉਹ ਅੱਜ ਤੋਂ ਜਿਵੇਂ 60 ਦਿਨਾਂ ਤੇ ਬਾਅਦ ਜਦੋਂ ਤੇਹੀ ਗਜ਼ੈਟੇ ਦੇ ਵਿੱਚ ਆਇਆ ਜਾ ਜਿਹੜਾ ਕਲਿਕਡੇ ਬਣਦਾ ਯੋਹ 27 ਮਾਰਚ ਸਵੇਰੇ 9 ਵਜੇ ਤੋਂ ਜਿਹੜੇ ਕੀ ਸਟਾਰਟ ਹੋ ਜੇ ਨੇ ਪੇਪਰ ਭਰਨੇ ਤੇ ਨਾਲ ਇੱਕ ਹੋਰ ਜਿਹੜੀ ਅਪਡੇਟ ਦੇ ਦਿੰਦੇ ਆਂ ਜੀ ਤੁਹਾਨੂੰ ਵੀ ਇਹਦੇ ਵਿੱਚ ਜਿਵੇਂ ਹੁਣ ਇਹ ਟੋਟਲ ਪੇਪਰਾਂ ਦੀ ਜਿਹੜੀ ਗਿਣਤੀ ਆ ਇਹ 82705 ਤੇ ਸਰਕਾਰ ਦਾ ਜਿਵੇਂ ਇਹਦੇ ਵਿੱਚ ਗਜ਼ੈਟੇ ਦੇ ਵਿੱਚ ਜਿਵੇਂ ਆਈ ਆਈ ਇਹ ਆਰਟੀਕਲਾਂ ਜਿਵੇਂ ਇਹ ਨੌ ਆ ਜਿਵੇਂ ਨੌ ਪਾਜ਼ੀ ਨੇ ਆਈ ਨੌ ਪਾਜ਼ੀ ਨੇ ਉਹਦੇ ਸਾਹਮਣੇ ਆਈ ਹੁਣ ਤੱਕ ਤੁਹਾਨੂੰ ਜਿਹੜਾ ਮੇਨ ਮੇਨ ਆਈ ਆਪਾਂ ਮੋਟਾ-ਮੋਟਾ ਦੱਸ ਦਿੰਦੇ ਆ ਵੀ ਜਿਹੜੇ ਆਪਣੇ ਮਤਲਬ ਦੇ ਆ ਵੀ ਜਿਹੜੀਆਂ ਕੈਟਾਗਰੀਆਂ ਦੇ ਵਿੱਚ ਆਪਾਂ ਜ਼ਿਆਦਾ ਆਉਂਦੇ ਆ ਉਹ ਰੀਰ ਸਟੱਡੀਜ਼ ਦੇ ਵਿੱਚ ਜਿਵੇਂ ਜ਼ਿਆਦਾ ਆਉਂਦੇ ਆ ਤੇ ਸਭ ਤੋਂ ਵੱਧ ਜਿਹੜੇ ਕੀ ਭਰਾ ਆਪਣੇ ਆਉਂਦੇ ਆਈ ਉਹ ਖੇਤੀਬਾੜੀ ਦੇ ਵਿੱਚ ਆਉਂਦੇ ਆ ਉਹ ਵੀ ਜ਼ਿਆਦਾਤਰ ਰੋਮਾਂ ਦੇ ਵਿੱਚ ਹੀ ਉਹ ਨਹੀਂ ਆਈ ਜ਼ਿਆਦਾਤਰ ਤੇ 120 ਦਿਨਾਂ ਤੇ ਬਾਅਦ ਜਿਵੇਂ ਇਹ ਹੀ ਜੁਲਾਈ ਜੁਲਾਈ ਆ ਜੇਣਾ 120 ਦਿਨਾਂ ਤੇ ਬਾਅਦ ਜਿਹੜਾ ਇਹ ਕੋਟਾ ਹੈ ਜਿਵੇਂ 82000 ਇਹ 82705 ਆਈ ਤੇ ਇਹਦੇ ਵਿੱਚ ਜਿਵੇਂ ਇਹ ਕੋਟਾ ਇੰਨੀ ਰਹਿਣਾ ਜਿਵੇਂ ਇਹਦੇ ਵਿੱਚ categories ਜਿਵੇਂ 82000 ਖੇਤੀਬਾੜੀ ਵਾਲੇ ਤੇ ਜਿਵੇਂ 4400 ਦੂਜੇ ਸੀਗੇ ਆਪਣੇ 9 ਮਹੀਨੇ ਵਾਲੇ ਤਾਂ ਸਰਕਾਰ ਇਹਦੇ ਜਿਹੜਾ ਕੋਟਾ ਇਹ ਉਹ ਉਨਾਂ ਕੇ ਰੱਖੂਗੀ ਵੀ ਇਹਦੇ ਵਿੱਚ ਉੱਪਰ ਥੱਲੇ ਕਰਕੇ ਜਿਹੜੇ ਕਿ ਇਹ ਹੋਰ ਵੀ ਵਧਾ ਘਟਾ ਸਕਦੇ ਆਈ ਵੀ ਥੋੜੇ ਜੇ ਚਾਂਸ ਹੈਗੇ ਆ ਵੀ ਹੋਰ ਜਿਵੇਂ ਇਹਨਾਂ ਨੂੰ ਲੋਡ ਹੋਈ ਤਾਂ ਛੇੜ ਛਾੜ ਕਰ ਸਕਦੇ ਆ ਇਹਦੇ ਵਿੱਚ ਥੋੜੀ ਬਹੁਤੀ ਚੇਂਜ ਗਾ ਸਕਦੀ ਆ ਗਿਣਤੀ ਦੇ ਵਿੱਚ ਤੇ ਆਪਣੀ ਜਿਹੜੀ ਵੀਡੀਓ ਸੀਗੀ ਇਹ ਸਪੈਸ਼ਲ ਇਮੀਗ੍ਰੇਸ਼ਨ ਤੇ ਹੀ ਸੀਗੀ ਤੇ ਮਿਲਦਿਆਂ ਹੀ ਫਿਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ ਤੇ ਠੀਕ ਆ ਜੀ ਆਪਣਾ ਤੇ ਆਪਣੇ ਰੱਖਿਓ ਵੀ ਪਰਿਵਾਰ ਦਾ ਧਿਆਨ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ